ਕੋਈ ਫਾਇਦਾ ਨਹੀਂ ਜੇ ਐਵੇਂ ਲੋਲੀਪੋਪ ਹੀ ਹੈਗਾ ਜਿੱਦਣ ਵੋਟਾਂ ਉਹਨਾਂ ਨੂੰ ਪੈ ਗਈਆਂ ਤਾਂ ਫਿਰ ਵਧਾ ਦੇਣਾ ਨਹੀਂ ਜੀ ਇਹ ਸੈਂਟਰ ਦੀ ਪਾਲਿਸੀ ਹੈਗੀਆਂ ਕੋਈ ਸਟੇਟ ਨੂੰ ਕੋਈ ਫਾਇਦਾ ਨਹੀਂ ਜੇ ਐਵੇਂ ਲੋਲੀਪੋਪ ਹੀ ਹੈਗਾ ਖਰਚੇ ਵੀ ਬਾਅਦ ਚੋ ਦੇਖੋ ਘਟਾਉਣੇ ਤੇ ਟ੍ਰਾਂਸਪੋਰਟ ਦੇ ਪੈਸੇ ਤੇ ਘਟਾਉਣੇ ਨਹੀਂ ਕਿਸੇ ਨੇ ਉਹ ਸਿਰਫ ਲੋਲੀਪੋਪ ਹੀ ਗਿਆ ਜੀ ਕੋਈ ਫਾਇਦਾ ਨਹੀਂ ਗਿਆ ਜੀ ਇੰਨਾ ਕੋਈ ਜ਼ਿਆਦਾ ਫਰਕ ਮੇਜਰ ਡਿਫਰੈਂਸ ਤੇ ਹੈ ਹੀ ਨਹੀਂ ਆ 2 ਰੁਪਏ ਕਟਾਇਓ ਜੇ 5-10 ਰੁਪਏ ਕੱਟਿਆ ਹੁੰਦਾ ਨਾ ਫਿਰ ਬੰਦਾ ਕਹਿੰਦਾ ਵੀ ਹੈ ਕਿ ਚਲੋ ਹੈ ਉਹਨਾਂ ਦੀ 12 ਲੀਟਰ ਦੀ ਟੈਂਕੀ ਆ ਠੀਕ ਹੈ ਜੀ ਜੇ 10 ਰੁਪਏ ਵੀ ਕੱਟ ਹੁੰਦਾ ਮੇਰਾ 120 ਰੁਪਏ ਵੱਜਣਾ ਸੀ ਮੈਂ ਕਹਿੰਦਾ ਫਿਰ ਕਿ ਯਾਰ ਇੱਕ ਆਲਮੋਸਟ ਇੱਕ ਕੁਛ 1.25 ਲੀਟਰ ਮੇਰਾ ਬਚ ਗਿਆ ਜੀ ਮੇਰੇ ਪੈਸੇ ਬਚ ਗਏ 2 ਰੁਪਏ ਘਟਾਉਣਾ 4 ਰੁਪਏ ਬਚ ਗਿਆ ਕਿੰਨਾ ਕੁ ਫਰਕ ਪੈ ਗਿਆ 210 ਦਾ ਪੈਟਰੋਲ ਪਵਾਇਆ ਵਾ ਕਿੰਨਾ ਕੁ ਫਰਕ ਪੈ ਗਿਆ ਜੇ ਉਹਨੂੰ 10-12 ਰੁਪਏ ਕੱਟ ਹੁੰਦਾ ਮੈਂ ਟੈਂਕੀ ਫੁੱਲ ਕਰਾਉਣ ਆਉਂਦਾ ਮੈਂ ਕਿਹਾ ਚਲੋ ਠੀਕ ਆ 2 ਰੁਪਏ ਐਡਾ ਕੋਈ ਮੇਜਰ ਡਿਫਰੈਂਸ ਹੈ ਨਹੀਂ 2 ਰੁਪਏ ਡੀਜ਼ਲ ਕਟਾਇਆ ਵਾ 2 ਰੁਪਏ ਪੈਟਰੋਲ ਕਟਾਇਆ ਵਾ ਕੋਈ ਐਡਾ ਫਰਕ ਹੈ ਨਹੀਂ ਫਰਕ ਜਿਹੜਾ 2 ਰੁਪਏ ਅਗਰ ਘਟਾਇਆ ਵੀ ਨਾ ਬੱਸਾਂ ਅਤੇ ਟਰੱਕਾਂ ਵਾਲਿਆਂ ਨੂੰ ਮੇਜਰ ਫਰਕ ਪੈਣਾ ਕਿਉਂਕਿ ਉਹਨਾਂ ਨੇ 100 ਲੀਟਰ 120 ਲੀਟਰ ਪਵਾਉਣਾ ਹੁੰਦਾ ਵਾ 2 ਰੁਪਏ ਹਿਸਾਬ ਨਾਲ 4 ਰੁਪਏ ਉਹਨਾਂ ਨੂੰ ਘੱਟ ਪੈ ਗਿਆ ਉਹਨਾਂ ਨੂੰ ਫਰਕ ਪੈਣਾ ਸਾਨੂੰ ਸਾਡੂ ਵਰਗੇ ਨੂੰ ਕਿੰਨਾ ਕੁ ਫਰਕ ਪੈ ਜਾਏਗਾ ਟੈਂਕੀ ਫੁੱਲ ਕਰਾਈ ਸਮਝੋ 2 ਰੁਪਏ ਮੇਰਾ 10 ਰੁਪਏ ਬਚਾਉਂਦੇ ਆ ਮੇਰਾ 120 ਰੁਪਏ ਆਲਮੋਸਟ ਬਚ ਗਿਆ ਵਾ 12 ਲੀਟਰ ਹਿਸਾਬ ਨਾਲ ਪਰ ਹੁਣ 2 ਰੁਪਏ ਘਟਾ ਕੇ ਵੀ ਮੈਂ ਕਿੰਨਾ 24 ਰੁਪਏ ਬਚਣਗੇ ਮੇਰੇ ਕੋਲ ਕਿੰਨਾ ਕੁ ਜਿਹੜਾ ਮੇਜਰ ਫਰਕ ਆ ਨਾ ਅਜੇ 10 ਰੁਪਏ ਵੀ ਘਟਾਉਣਗੇ ਉਹ ਬੱਸਾਂ ਦੇ ਟਰੱਕਾਂ ਵਾਲਿਆਂ ਨੂੰ ਕਿਉਂਕਿ ਉਹ ਮਿਡਲ ਕਲਾਸ ਜਾਂ ਫਿਰ ਲੋਅਰ ਮੇਜਰ ਫਰਕ ਹੀ ਉਹਨਾਂ ਨੂੰ ਪੈਣਾ ਵਾ ਜੇ 5-10 ਰੁਪਏ ਘਟਾਉਣ ਨਾ ਫਿਰ ਬੰਦਾ ਕਵੇ ਵੀ ਕਿ ਹਾਂ ਯਾਰ ਕੁਛ ਠੀਕ ਹੈ ਮੇਜਰ ਫਰਕ ਹੈ ਪਰ 2 ਰੁਪਏ ਘਟਾਉਣ ਤੋਂ ਬਾਅਦ ਕੋਈ ਹੈਗਾ ਨਹੀਂ ਕਹਿਣ ਦਾ ਮਤਲਬ ਵੀ ਆਮ ਜਨਤਾ ਨੂੰ ਇਹ 2 ਰੁਪਏ ਨਾਲ ਕੋਈ ਫਰਕ ਨਹੀਂ ਪੈ ਰਿਹਾ ਨਹੀਂ ਜਿਹੜੀ ਲੋਅਰ ਮਿਡਲ ਕਲਾਸ ਨਾ ਜਿਹੜੀ ਬੱਸ ਅਤੇ ਟਰੱਕ ਉਹਨਾਂ ਨੂੰ ਥੋੜ੍ਹਾ ਫਰਕ ਪੈ ਰਿਹਾ ਸਾਡੇ ਵਰਗੇ ਤਾਂ ਫਰਕ ਹੀ ਨਹੀਂ ਪੈ ਜਾਂਦਾ 4 ਰੁਪਏ ਕੀ ਕਿੰਨਾ ਕੁ ਘੱਟ ਗਿਆ ਵਾ ਕੋਈ ਆਪਾਂ 400-500 ਲੀਟਰ 'ਤੇ ਪਵਾਉਣਾ ਜੀ ਪੈਟਰੋਲ ਕਿ ਬਹੁਤਾ ਹੀ ਜਿਵੇਂ ਆਪਾਂ ਕਹਿ ਦਈਏ ਨਾ ਕਿ ਹਾਂ ਹੈ ਥੋੜ੍ਹਾ ਜਿਹਾ ਪਵਾਉਣਾ ਵਾ ਉਹ 4 ਰੁਪਏ ਕਿੰਨਾ ਕੁ ਵੱਜ ਗਿਆ ਵਾ ਜਿੱਦਣ ਵੋਟਾਂ ਉਹਨਾਂ ਨੂੰ ਪੈ ਗਈਆਂ ਤਾਂ ਫਿਰ ਵਧਾ ਦੇਣਾ ਬਿਲਕੁਲ ਇਹ ਹਰ ਵਾਰੀ ਲੋਲੀਪੋਪ ਦਿੱਤਾ ਜਾਂਦਾ ਸਰ ਫਸਟ ਟਾਈਮ ਨਹੀਂ ਹੈ ਕੋਈ ਫਾਇਦਾ ਨਹੀਂ ਹੋਣਾ ਜੀ ਵਧਾਇਆ ਵੀ ਤਾਂ ਇੰਨਾ ਹੀ ਆ ਭਾਜੀ ਵਧਾਉਂਦੇ ਆ ਤਾਂ ਮਿੰਟੋ ਮਿੰਟ 2-2 ਕਰਕੇ ਵਧਾਈ ਜਾਂਦੇ ਆ ਜਦੋਂ ਘਟਾਉਂਦੇ ਆ ਸਿਰਫ ਸਾਲ ਬਾਅਦ 2 ਰੁਪਏ ਘਟਾ ਦਿੰਦੇ ਆ ਜਦੋਂ ਕੋਈ ਇਲੈਕਸ਼ਨ ਸ਼ੁਰੂ ਹੁੰਦੀ ਆ ਠੀਕ ਹੈ ਨਾ ਇਹਨੂੰ ਲੋਲੀਪੋਪ ਨੂੰ ਇਹੋ ਜਿਹਾ ਨਹੀਂ ਕੀ ਕਰਨਾ ਨਹੀਂ ਜੀ ਇਹ ਸੈਂਟਰ ਦੀ ਪਾਲਿਸੀ ਹੈਗੀਆਂ ਕੋਈ ਸਟੇਟ ਨੂੰ ਕੋਈ ਫਾਇਦਾ ਨਹੀਂ ਜੇ ਐਵੇਂ ਲੋਲੀਪੋਪ ਹੀ ਹੈਗਾ ਕੋਈ ਨਹੀਂ ਫਾਇਦਾ ਜੀ ਘਟਣਾ 10 ਰੁਪਏ ਘਟਣਾ ਚਾਹੀਦਾ ਸੀ ਜੀ ਹਾਂਜੀ ਡੀਜ਼ਲ ਪੈਟਰੋਲ ਦੋਵੇਂ ਨਹੀਂ ਜੀ ਉਹਨਾਂ ਦੇ ਖਰਚੇ ਵੀ ਬਾਅਦ ਚੋਂ ਦੇਖੋ ਘਟਾਉਣੇ ਤੇ ਟ੍ਰਾਂਸਪੋਰਟ ਦੇ ਪੈਸੇ ਤੇ ਘਟਾਉਣੇ ਨਹੀਂ ਕਿਸੇ ਨੇ ਉਹ ਸਿਰਫ ਲੋਲੀਪੋਪ ਹੀ ਗਿਆ ਜੀ ਕੋਈ ਫਾਇਦਾ ਨਹੀਂ ਗਿਆ ਜੀ